ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੰਡੌਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੁ ਨਾਨਕ ਦੇ ਕਰ ਹੱਥ। ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ ਜੈ ਤੂੰ ਨਾਹੀ ਵਿਸਰਿਆ। ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਨੀ ਦੇ ਫਿਰਹਿ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਝਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਵ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਕੁਦਰਤ ਦੇ ਕਾਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਆਤਮਿਕ ਜੋਤ ਸਰੂਪ ਧੁਰ ਕੀ ਬਾਣੀ ਸਰੂਪ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਹਜ਼ੂਰ ਦੇ ਪਾਵਨ ਪ੍ਰਕਾਸ਼ ਨਿਤਨੇਮ ਬਾਣੀਆਂ ਦੇ ਪਾਠ ਉਚਾਰਨ ਹੋਏ ਹਨ। ਗੁਰਮੰਤਰ ਦੇ ਜਾਪ ਸਿਮਰਨ ਉਪਰੰਤ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਰਾਗੀ ਸਿੰਘਾਂ ਗੁਰਮੁਖਾਂ ਨੇ ਗਾਇਨ ਕੀਤੇ ਹਨ। ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਫੁਰਮਾਨ ਪਾਵਨ ਹੁਕਮਨਾਮਾ ਸਾਹਿਬ ਦੀ ਹਜ਼ੂਰ ਦੇ ਪਾਕ ਮੁਕੱਦਸ ਮੁੱਖ ਵਾਕ ਬਚਨਾਂ ਦੀ ਵਿਚਾਰ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਇਹਨਾਂ ਪਰਮ ਪਵਿੱਤਰ ਬਚਨਾਂ ਨੂੰ ਵਿਚਾਰੀਏ ਸੁਣੀਏ ਤਾਂ ਕਿ ਹਜ਼ੂਰ ਦਾ ਉਪਦੇਸ਼ ਸਿੱਖਿਆ ਸਾਡੇ ਹਿਰਦਿਆਂ ਅੰਦਰ ਨਿਵਾਸ ਕਰੇ। ਹਜ਼ੂਰ ਦੇ ਮੁੱਖ ਵਾਕ ਬਚਨ ਹਨ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਗੁਰਾਂ ਦੀ ਸਿੱਖਿਆ ਨੂੰ ਵਿਚਾਰੇ ਕੋਈ ਤਾਂ ਸਿੱਖੀ ਪ੍ਰਾਪਤ ਹੁੰਦੀ ਹੈ। ਸਿੱਖੀ ਨਾਮ ਹੀ ਇਸ ਦਾ ਹੈ। ਸਿੱਖ ਸ਼ਬਦ ਸਿੱਖਿਆ ਲੈਣ ਵਾਲਾ ਸਿੱਖਿਆਰਥੀ ਸਟੂਡੈਂਟ ਪਿਊਪਿਲ ਸ਼ਗਿਰਦ ਚੇਲਾ ਵਿਦਿਆਰਥੀ ਆਦਿਕ ਇਹਦੇ ਅਰਥ ਨੇ। ਸਿੱਖ ਨੇ ਸਾਰੀ ਉਮਰ ਸਾਰੀ ਜ਼ਿੰਦਗੀ ਸਤਿਗੁਰੂ ਦੇ ਪਾਸੋਂ ਸਿੱਖਿਆ ਲੈਣੀ ਹੈ ਸਿੱਖਣਾ ਹੈ ਜੀਵਨ ਜਾਚ ਪ੍ਰਾਪਤ ਕਰਨੀ ਹੈ।
ਔਰ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ, ਸਤਿਗੁਰਾਂ ਦਾ ਇਤਿਹਾਸ, ਇੱਥੋਂ ਹੀ ਸਾਨੂੰ ਰਹਿਨੁਮਾਈ ਪ੍ਰਾਪਤ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਗੁਰੂ ਦੇ ਸ਼ਬਦ ਅੰਮ੍ਰਿਤ ਨੂੰ ਹਿਰਦੇ 'ਚ ਵਸਾਉਣ ਦਾ, ਕਮਾਉਣ ਦਾ ਜੋ ਲਾਭ ਹੈ, ਫਲ ਹੈ, ਮਹੱਤਵ ਹੈ, ਉਹ ਕਿੰਨਾ ਕੁ ਇੰਜ ਬਿਆਨ ਕੀਤਾ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਭਾਈ ਸਾਹਿਬ ਕਹਿੰਦੇ ਨੇ ਹੀਰਾ ਵੇਖਣ ਨੂੰ ਛੋਟਾ ਜਿਹਾ ਚਮਕੀਲਾ ਜਿਹਾ ਪੱਥਰ ਹੁੰਦਾ, ਪਰ ਉਸ ਦੇ ਅੰਦਰ ਚਮਕ ਦਮਕ ਹੈ, ਖਾਸ ਚੀਜ਼ ਹੈ, ਉਹ ਪੱਥਰ ਆਮ ਨਹੀਂ। ਵੇਖਣ ਨੂੰ ਤਾਂ ਛੋਟੀ ਜਿਹੀ ਚੀਜ਼ ਹੈ, ਪਰ ਜਦੋਂ ਉਸਦਾ ਮੁੱਲ ਪਵਾਇਆ ਜਾਏ ਤਾਂ ਦਮੜਿਆਂ ਨਾਲ ਆਰ ਬੁਖਾਰ ਘਰ ਬਾਰ ਭਰ ਜਾਏਗਾ, ਇੰਨੀ ਕੀਮਤ ਪੈਂਦੀ। ਕੋਹੇ ਨੂਰ ਹੀਰਾ ਜਿਹੜਾ UK ਵਾਲੇ ਅੰਗਰੇਜ਼ ਹਿੰਦੁਸਤਾਨ ਤੋਂ ਲੈ ਗਏ, ਕੋਹੇ ਨੂਰ, ਨੂਰ ਪ੍ਰਕਾਸ਼ ਦਾ ਪਹਾੜ, ਬੜੀ ਚਮਕ ਦਮਕ ਆ ਉਸਦੀ। ਹੁਣ ਭਾਵੇਂ ਉਹਨਾਂ ਨੇ ਚੀਰ ਕੇ 3 ਟੁਕੜੇ ਬਣਾਉਣਤੇ ਉਸਦੇ, ਪਰ ਅੱਜ ਵੀ ਅਜਾਇਬ ਘਰ ਵਿੱਚ ਇੱਕ ਟੁਕੜਾ ਰੱਖਿਆ ਹੋਇਆ, ਮੈਂ ਉਹ ਵੇਖਿਆ। ਹੋਰ ਵੀ ਹੀਰੇ ਉਹਨਾਂ ਕੋਲ ਬਹੁਤ ਨੇ, ਅਤੇ ਉਸ ਕੋਹੇ ਨੂਰ ਹੀਰੇ ਦੀ ਕੀਮਤ ਪਾਈ ਗਈ ਤਾਂ ਜੌਹਰੀ ਲੋਕ ਜਿਹੜੇ ਸਿਰੇ ਦੇ ਜਵਾਹਰੀ ਨੇ ਨਾ, ਉੱਪਰਲੇ ਦਰਜੇ ਦੇ, ਉਹਨਾਂ ਨੇ ਉਸ ਹੀਰੇ ਦੀ ਪਰਖ ਕਰਕੇ ਅਤੇ ਕੀਮਤ ਇੰਨੀ ਦੱਸੀ ਕਿ ਸਾਰੇ ਸੰਸਾਰ ਦੇ ਲੋਕ, ਇੱਕ ਆਮ ਮਜ਼ਦੂਰ ਤੋਂ ਲੈ ਕੇ ਉੱਪਰਲੇ ਦਰਜੇ ਦਾ ਬਿਜ਼ਨਸਮੈਨ, ਸੰਸਾਰ ਦੇ ਸਾਰੇ ਲੋਕ ਜਿੰਨੀ ਮਾਇਆ ਇੱਕ ਦਿਨ ਵਿੱਚ ਕਮਾਉਂਦੇ ਹਨ, ਇੰਨੀ ਉਸ ਕੋਹੇ ਨੂਰ ਹੀਰੇ ਦੀ ਕੀਮਤ ਹੈ। ਹੈ ਤਾਂ ਇੱਕ ਪੱਥਰ ਜਿਹਾ, ਪਰ ਕੀਮਤ ਇੰਨੀ ਜ਼ਿਆਦਾ। ਦੂਸਰਾ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ ਹੈ ਕਿ ਜੈਸੇ ਬਰ ਬੰਧੇ ਹੁੰਡੀ, ਲਾਗਤ ਨਾ ਭਾਰ ਕਛੂ, ਆਗੈ ਜਾਏ ਪਾਈਅਤ ਲਛਮੀ ਅਪਾਰ ਜੀ। ਜਿਵੇਂ ਅੱਜ ਕੱਲ੍ਹ ਬੈਂਕ ਦਾ ਚੈੱਕ ਹੈ, ਮਾਇਆ ਦਾ ਲੈਣ ਦੇਣ ਕਰਨ ਲਈ ਬੈਂਕ ਦਾ ਚੈੱਕ ਵਰਤਿਆ ਜਾਂਦਾ, ਪੁਰਾਣੇ ਸਮੇਂ 'ਚ ਇਸ ਡਰੋਂ ਕਿ ਮਾਇਆ ਲੁੱਟੀ ਖੋਈ ਨਾ ਜਾਏ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਮਾਇਆ ਪਹੁੰਚਾਉਣ ਦਾ ਸਾਧਨ ਸੀ ਹੁੰਡੀ। ਹੁੰਡੀ ਦੇ ਕਾਗਜ਼ ਉੱਪਰ 5 ਲੱਖ ਰੁਪਈਆ ਲਿਖਿਆ ਹੋਇਆ, ਉਸ ਬੰਦੇ ਦਾ ਹੁਲੀਆ ਅਤੇ ਆਪਣੇ ਦਸਖਤ ਕੋਡ ਵਰਡ ਲਿਖਿਆ ਹੋਇਆ, ਕਾਗਜ਼ ਦਾ ਪੁਰਜਾ ਜੇਬ 'ਚ ਪਾ ਕੇ ਵਪਾਰੀ ਲੈ ਗਿਆ। ਕੋਈ ਲੁੱਟੇ ਜਾਣ ਦਾ, ਖੋਏ ਜਾਣ ਦਾ ਡਰ ਨਹੀਂ, ਭਾਰ ਕੋਈ ਨਹੀਂ। ਜਦੋਂ ਹੁੰਡੀ ਤੜਵਾਈ ਤਾਂ 5 ਲੱਖ ਰੁਪਈਏ ਨਾਲ ਘਰ ਭਰ ਗਿਆ। ਤੀਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਹਨ ਕਿ ਜੈਸੇ ਬੱਟ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸੈ ਬਿਬਿਧ ਕਰੈ ਬਿਰਖਾ ਵਿਸਥਾਰ ਜੀ। ਬੱਟ ਦਾ ਅਰਥ ਹੈ ਬੋੜ, ਬੋੜ ਦੇ ਦਰਖਤ ਨੂੰ ਜਿਹੜੀਆਂ ਗੋਲਾਂ ਲੱਗਦੀਆਂ ਹਨ, ਇੱਕ ਇੱਕ ਗੋਲ ਵਿੱਚ ਸੈਂਕੜੇ ਬੀਜ ਹੁੰਦੇ ਹਨ, ਬਹੁਤ ਬਰੀਕ ਜਿਹੇ। ਇੱਕ ਬੀਜ ਧਰਤੀ 'ਚ ਬੀਜਿਆ ਜਾਏ ਤਾਂ ਉਹ ਉੱਗ ਪਵੇ ਅਤੇ ਵੱਧਦਾ ਵੱਧਦਾ ਬੜਾ ਵੱਡਾ ਬਰੋਟਾ ਬਣ ਜਾਂਦਾ। ਜਿਵੇਂ ਕਲਕੱਤੇ ਵਿਖੇ ਇੱਕ 16 ਵਿਘਿਆਂ 'ਚ 8 ਏਕੜ ਜ਼ਮੀਨ ਵਿੱਚ ਬੋੜ ਫੈਲਿਆ, ਉਹ ਬੋੜ ਇੱਕ ਛੋਟੇ ਜਿਹੇ ਬੀਜ ਵਿੱਚੋਂ ਨਿਕਲਿਆ। ਇਹ 3 ਪ੍ਰਮਾਣ ਦਿੱਤੇ ਨੇ। ਚੌਥੀ ਤੁਕ ਵਿੱਚ ਭਾਈ ਗੁਰਦਾਸ ਜੀ ਇਹ ਆਪਣਾ ਫੈਸਲਾ ਦਿੰਦੇ, ਦ੍ਰਿਸ਼ਟਾਂਤ ਦੇ ਕੇ ਉਹਨਾਂ ਦਾ ਦਾ ਦ੍ਰਿਸ਼ਟਾਂਤ। ਭਾਈ ਸਾਹਿਬ ਕਹਿੰਦੇ, ਤੈਸੇ ਗੁਰ ਬਚਨ ਸੰਚਨ ਗੁਰ ਸਿੱਖਣ ਮੈਂ। ਸੰਚਣਾ ਹੁੰਦਾ ਇਕੱਠਿਆਂ ਕਰਨਾ, ਜਿਹੜੇ ਸਿੱਖ ਗੁਰੂ ਦੇ ਬਚਨਾਂ ਨੂੰ ਸੁਣ ਸੁਣ ਕੇ ਆਪਣੇ ਹਿਰਦਿਆਂ ਅੰਦਰ ਇਕੱਠੇ ਕਰਦੇ ਨੇ, ਜਮ੍ਹਾਂ ਕਰਦੇ, ਵਸਾਉਂਦੇ ਨੇ, ਜਾਂ ਬਚਨਾਂ ਨੂੰ ਹਿਰਦੇ 'ਚ ਵਸਾ ਲੈਂਦੇ। ਕਲਾ ਮਸਾਜਨੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਲੇਹੋ। ਹਿਰਦੇ 'ਚ ਲਿਖਣੇ ਚਾਹੀਦੇ ਨੇ ਸਤਿਗੁਰੂ ਦੇ ਬਚਨ, ਜਿਹੜੇ ਇੰਜ ਕਰਦੇ ਨੇ, ਜਾਨੀਐ ਮਹਾਤਮ ਗਏ ਹੀ ਹਰ ਦੁਆਰ ਜੀ। ਹਰੀ ਦੀ ਦਰਗਾਹ ਵਿੱਚ ਜਾਇਆ ਪਤਾ ਲੱਗੇਗਾ ਵੀ ਇਸ ਕਰਮ ਦਾ ਮਹਾਤਮ ਕਿੰਨਾ ਕੁ ਹੈ। ਜਿਨ੍ਹਾਂ ਨੇ ਆਪਣੇ ਮਨ ਦੀ ਮਰਜ਼ੀ ਛੱਡੀ, ਸਤਿਗੁਰੂ ਦੇ ਉਪਦੇਸ਼ ਬਚਨਾਂ ਨੂੰ ਸੁਣ ਸੁਣ ਕੇ ਅੰਦਰ ਵਸਾ, ਕਿਉਂਕਿ ਹਜ਼ੂਰ ਨੇ ਕਿਹਾ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਸਤਿਗੁਰੂ ਬਚਨ ਰੂਪ ਹੈ, ਸਤਿਗੁਰਾਂ ਦੇ ਬਚਨ ਗੁਰਾਂ ਦਾ ਰੂਪ ਹੈ, ਤਾਂ ਹੀ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ।
ਜੋ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਉਹਨੂੰ ਸੇਵਕ ਜਨ ਮੰਨ ਲੈਂਦਾ ਤਾਂ ਪ੍ਰਤੱਖ ਰੂਪ ਵਿੱਚ ਹੀ ਸਤਿਗੁਰੂ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ। ਆਓ ਹਜ਼ੂਰ ਦੇ ਬਚਨਾਂ ਨੂੰ ਵਿਚਾਰੀਏ ਤਾਂ ਕਿ ਅੰਦਰ ਵਸਣ ਜੈਤ ਸਰੀ ਰਾਗ ਅੰਦਰ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨਹਿ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਐਸੇ ਸਤਿਗੁਰੂ ਰਾਮਦਾਸ ਮਹਾਰਾਜ ਪਰਮਾਤਮਾ ਦਾ ਸਰਗੁਣ ਸਰੂਪ ਵਾਹਿਗੁਰੂ ਵਿੱਚ ਇੱਕ ਮਿੱਕ ਲੀਨ ਹੋਏ ਹੋਏ ਸਤਿਗੁਰੂ ਬਚਨ ਉਚਾਰਨ ਕਰਦੇ ਹਨ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਸਤਿਗੁਰੂ ਜੀ ਬਹੁਤ ਵੱਡੀ ਝਿੜਕ ਦੇ ਰਹੇ ਨੇ ਸਾਡੇ ਤਾਈਂ ਜਿਨ੍ਹਾਂ ਦੇ ਹਿਰਦਿਆਂ 'ਚ ਪਰਮੇਸ਼ੁਰ ਦਾ ਨਾਮ ਨਹੀਂ ਕਦੇ ਵਸਿਆ। ਸ਼੍ਰੀਮਾਨ ਭਗਤ ਕਬੀਰ ਜੀ ਉਹਨਾਂ ਨੇ ਵੀ ਇੱਕ ਬਚਨ ਲਿਖਿਆ। ਭਗਤ ਜੀ ਕਹਿੰਦੇ ਨੇ ਕਿ ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਜਿਹ ਜਿਸ ਕੁਲ ਵਿੱਚ ਗਿਆਨ ਨੂੰ, ਰੱਬੀ ਗਿਆਨ ਨੂੰ, ਪਰਮਾਤਮਾ ਦੇ ਗਿਆਨ ਨੂੰ, ਆਤਮਾ ਪਰਮਾਤਮਾ ਦੇ ਗਿਆਨ, ਇੰਦਰੀਆਂ ਮਨ ਬਾਰੇ ਪਰਮਾਰਥਕ ਗਿਆਨ, ਅਧਿਆਤਮਿਕ ਗਿਆਨ ਨੂੰ ਵਿਚਾਰਨ ਵਾਲਾ ਕੋਈ ਪੁੱਤ ਨਹੀਂ ਜੰਮਿਆ। ਵਿਧਵਾ ਕਸ ਨਾ ਭਈ ਮਹਿਤਾਰ, ਉਸ ਖਾਨਦਾਨ ਦੀ ਵੱਡੀ ਵਡੇਰੀ ਬਜ਼ੁਰਗ ਮਾਈ ਉਹ ਰੰਡੀ ਕਿਉਂ ਨਾ ਹੋ ਗਈ, ਉਹਨਾਂ ਨੂੰ ਜਨਮ ਦੇਣ ਤੋਂ ਪਹਿਲਾਂ ਰੰਡੀ ਹੋ ਜਾਂਦੀ, ਉਹ ਜੰਮਦੇ ਨਾ ਬੰਸਰ ਨਾ ਅੱਗੇ ਚੱਲਦੇ। ਜਿਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ, ਜਿਹ ਨਰ ਰਾਮ ਭਗਤ ਨਹਿ ਸਾਧੀ। ਜਿਸ ਨਰ ਪੁਰਸ਼ ਨੇ ਮਨੁੱਖਾ ਜਾਮਾ ਧਾਰਨ ਕਰਨ ਦੇ ਬਾਵਜੂਦ ਵੀ ਰਾਮ ਪਰਮਾਤਮਾ ਦੀ ਭਗਤੀ ਦੀ ਕੋਈ ਸਾਧਨਾ ਨਹੀਂ ਕੀਤੀ, ਜਨਮਤ ਕਸ ਨਾ ਮੂਹੋ ਅਪਰਾਧੀ, ਜਨਮ ਲੈਂਦਿਆਂ ਸਾਰ ਉਹ ਅਪਰਾਧੀ ਪਾਪੀ ਮਰ ਕਿਉਂ ਨਾ ਗਿਆ। ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁੱਜ ਰੂਪ ਜੀਵੇ ਜਗ ਮਝਿਆ। ਕਹਿੰਦੇ ਬੀਬੀਆਂ ਦੇ ਗਰਭ ਝੜ ਜਾਂਦੇ ਆ, ਉਹਨਾਂ ਗਰਭਾਂ ਵਿੱਚ ਇਹ ਵੀ ਚਾਹੀਦਾ ਸੀ ਝੜ ਜਾਂਦਾ ਏ, ਜਨਮ ਨਾ ਲੈਂਦਾ। ਮਨੁੱਖ ਜਾਮਾ ਧਾਰ ਕੇ ਮਾਤਲੋਕ ਉੱਤੇ ਕਿਉਂ ਵਿਚਰ ਰਿਹਾ? ਐਸੀਆਂ ਝਿੜਕਾਂ ਭਗਤ ਜੀ ਦੇ ਰਹੇ ਨੇ। ਜਾਨੀ ਪਰਮਾਤਮਾ ਦੇ ਨਾਮ ਦੀ ਮਨੁੱਖ ਜਾਮੇ ਅੰਦਰ ਏਡੀ ਵੱਡੀ ਮਹਾਨਤਾ ਕਿ ਜੇ ਨਾਮ ਨਹੀਂ ਜਪਦਾ ਤਾਂ ਫਿਰ ਕਾਹਦੇ ਵਾਸਤੇ ਆ। ਇੱਕ ਵਿਦਵਾਨ ਸੱਜਣ ਦਾ ਬਚਨ ਹੈ, ਤਨ ਚੇਤਨ ਚੇਤਨ ਹੇਤ ਦਇਓ, ਨਹਿ ਭੋਗਨ ਹੇਤ ਜਗਦੀਸ਼ ਦਇਓ। ਇਹ ਮਨੁੱਖਾ ਤਨ ਚੇਤਨ ਸਰੂਪ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਦਿੱਤਾ ਗਿਆ, ਕੇਵਲ ਭੋਗਾਂ ਪਦਾਰਥਾਂ ਵਾਸਤੇ ਨਹੀਂ ਦਿੱਤਾ ਰੱਬ ਨੇ। ਭੋਗ ਪਦਾਰਥ ਦੂਜੀਆਂ ਯੂਨਾਂ ਵਿੱਚ ਵੀ ਪ੍ਰਾਪਤ ਨੇ। ਸਾਰ ਕਿਤਾਬ ਦੀ ਛੋਟਾ ਜਿਹਾ ਗ੍ਰੰਥ ਹੈ, ਉਹਦਾ ਕਰਤਾ ਸ਼੍ਰੀਮਾਨ ਪੰਡਿਤ ਹਰਦਿਆਲ ਜੀ, ਉਹਨਾਂ ਬਚਨ ਲਿਖਿਆ ਹੈ ਕਿ ਨਿੰਦਰਾ ਭੋਜਨ ਭੋਗ ਭੈ ਯਹ ਪਸ ਪੁਰਖ ਸਮਾਂ, ਰੋਜ਼ ਨੀਂਦ ਲੈਣੀ ਸੌਣਾ, ਭੋਜਨ ਖੁਰਾਕ ਗ੍ਰਹਿਣ ਕਰਨੀ, ਸੰਤਾਨ ਔਲਾਦ ਦੀ ਉਤਪਤੀ ਹੋਣੀ, ਤਕੜੇ ਤੋਂ ਡਰਨਾ ਅਤੇ ਕਮਜ਼ੋਰ ਨੂੰ ਡਰਾਉਣਾ, ਇਹ ਲੱਛਣ ਪਸ਼ੂਆਂ ਵਿੱਚ ਵੀ ਪਾਏ ਜਾਂਦੇ ਨੇ ਅਤੇ ਮਨੁੱਖ ਵਿੱਚ ਵੀ। ਅਗਰ ਇੰਨੇ ਲੱਛਣ ਹੋਣ ਮਨੁੱਖ ਦੇ ਅੰਦਰ ਤਾਂ ਫਿਰ ਪਸ਼ੂ ਅਤੇ ਇਹਦੇ ਵਿੱਚ ਅੰਤਰ ਕਿਆ? ਫਿਰ ਤਾਂ ਕੋਈ ਅੰਤਰ ਨਹੀਂ। ਪਸ਼ੂਆਂ ਦੀ ਵੀ ਔਲਾਦ ਆ, ਸੂਰਾਂ ਦੇ 12-12 ਬੱਚੇ, ਜਾਨਵਰਾਂ ਦੇ, ਕੁੱਤਿਆਂ ਦੇ ਕਿੰਨੇ ਬੱਚੇ ਹੁੰਦੇ ਨੇ, ਇਸ ਪ੍ਰਕਾਰ ਪੰਛੀਆਂ ਦੇ ਵੀ ਬੱਚੇ ਹੁੰਦੇ ਆ, ਆਲ੍ਹਣੇ ਉਹਨਾਂ ਦੇ ਵੀ ਮਿੜੇ ਹੋਏ ਨੇ, ਔਰ ਇਸ ਤਰ੍ਹਾਂ ਘੁਰਨੇ ਬਣਾ ਲੈਂਦੇ ਸ਼ੇਰ ਚੀਤੇ ਬਘਿਆੜ ਆਦਿਕ ਰਹਿਣ ਵਾਸਤੇ। ਇੰਤਜ਼ਾਮ ਹੈ ਹੀ ਹੈ ਨਾ, ਪਰਮਾਤਮਾ ਨੇ ਕੀਤਾ, ਖੁਰਾਕ ਵੀ ਰੱਬ ਨੇ ਖਾਣ ਪੀਣ ਨੂੰ ਪੈਦਾ ਕੀਤੀ ਹੋਈ, ਸਾਰਾ ਕੁਛ ਹੀ ਉਹਨਾਂ ਦੇ ਪਾਸ ਹੈ। ਪਰ ਇੱਕ ਵੱਡੀ ਦਾਤ ਵਾਹਿਗੁਰੂ ਦੀ ਭਗਤੀ ਦੀ, ਸ਼ਬਦ ਦੀ ਸੋਝੀ ਸਮਝ, ਇਹ ਮਨੁੱਖਾ ਦੇਹ ਦੇ ਅੰਦਰ ਆ, ਜੇ ਨਹੀਂ ਤਾਂ ਫਿਰ ਇਹ ਪਸ਼ੂ ਹੈ। ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਮਨੁੱਖਾਂ ਵਿੱਚ ਅਧਿਕਤਾ, ਬਹੁਲਤਾ, ਮਹਾਨਤਾ, ਵਡਿਆਈ ਇਹੀ ਹੈ ਕਿ ਇਹ ਆਪਣੇ ਨਿਜ ਦਾ ਗਿਆਨ ਹਾਸਲ ਕਰ ਸਕਦਾ। ਗਿਆਨ ਬਿਨਾਂ ਪਸ ਜਾਣ,
ਜੇ ਗਿਆਨ ਦੀ ਪ੍ਰਾਪਤੀ ਵਾਲੇ ਪਾਸੇ ਤੁਰਿਆ ਹੀ ਨਹੀਂ ਤਾਂ ਪਸ਼ੂ ਹੀ ਜਾਣ। ਗਿਆਨ ਪ੍ਰਾਪਤ ਹੋਵੇਗਾ ਹੀ ਸਿਮਰਨ ਦੁਆਰਾ, ਵਾਹਿਗੁਰੂ ਦੇ ਨਾਮ ਦੁਆਰਾ ਹੀ ਗਿਆਨ ਦੀ ਪ੍ਰਾਪਤੀ ਹੈ। ਜਿਹੜਾ ਬਾਹਰੀ ਗਿਆਨ ਹੈ ਇਹ ਮਨ ਨੂੰ ਉਪਦੇਸ਼, ਉਪਦੇਸ਼ ਧਾਰਨ ਕਰਕੇ ਕੋਈ ਬੰਦਗੀ ਕਰੇ, ਸਿਮਰਨ ਕਰੇ ਅਤੇ ਫਿਰ ਅੰਦਰਲਾ ਗਿਆਨ ਸਫੁੱਟ ਹੁੰਦਾ, ਪ੍ਰਗਟ ਹੁੰਦਾ, ਸਫੁਰਨ ਹੁੰਦਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਅਨੰਨ ਸ਼ਰਧਾਲੂ ਸੇਵਕ ਹੋਏ ਨੇ ਰਾਏ ਬੁਲਾਰ ਜੀ। ਤੁਸੀਂ ਪਾਕਿਸਤਾਨ ਜਾ ਕੇ ਕੋਰਟ ਵਿੱਚੋਂ ਕਾਗਜ਼ ਵੇਖ ਸਕਦੇ ਹੋ ਵੀ 750 ਮੁਰੱਬਾ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਆ ਰਾਏ ਬੁਲਾਰ ਨੇ। 1500 ਮੁਰੱਬੇ ਦਾ ਮਾਲਕ ਸੀ ਰਾਏ ਬੁਲਾਰ ਅਤੇ 750 ਮੁਰੱਬਾ ਆਪਣੀ ਅੱਧੀ ਜਾਇਦਾਦ ਗੁਰੂ ਨਾਨਕ ਸਾਹਿਬ ਦੇ ਨਾਮ ਲਿਖ ਦਿੱਤੀ ਉਹਨੇ। ਐਡਾ ਵੱਡਾ ਪ੍ਰੇਮੀ ਸ਼ਰਧਾਲੂ ਸੀ। ਔਰ ਇੱਥੇ ਹੀ ਬਸ ਨਹੀਂ ਕਿ ਉਹਨੇ ਪੁੱਤਰ ਦੀ ਦਾਤ ਲੈ ਲਈ ਅਤੇ ਜ਼ਮੀਨ ਗੁਰੂ ਨਾਨਕ ਸਾਹਿਬ ਨਾਲ ਲਿਖ ਦਿੱਤੀ ਅਤੇ ਬਸ ਨਹੀਂ, ਉਹ ਸਤਿਗੁਰਾਂ ਦਾ ਪ੍ਰੇਮੀ ਪਰਮਾਰਥੀ ਸਿੱਖ ਹੋਇਆ। ਉਸਨੇ ਸਤਿਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ ਸ਼ਬਦ ਦੀ ਕਮਾਈ ਕੀਤੀ। ਬਿਰਧ ਹੋਇਆ ਹੋਇਆ ਸੀ ਤਾਂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਰਾਏ ਬੁਲਾਰ ਕੇ, ਮਹਾਰਾਜ ਆਪਣੇ ਲਾਏ ਰੁੱਖ ਨੂੰ ਵੇਖ ਤਾਂ ਜਾਓ, ਇਹ ਨਦੀ ਕਿਨਾਰੇ ਰੁਖੜਾ ਬਿਰਧ ਅਵਸਥਾ, ਪਤਾ ਨਹੀਂ ਕਦੋਂ ਪ੍ਰਾਣ ਪੰਖੇਰੂ ਹੋ ਜਾਣ, ਇੱਕ ਵਾਰੀ ਜਿਉਂਦਿਆਂ ਜਿਉਂਦਿਆਂ ਦਰਸ਼ਨ ਦਿਓ। ਤਾਂ ਸਤਿਗੁਰੂ ਜੀ ਆਏ ਤਲਵੰਡੀ ਨਗਰ, ਆਪਣੇ ਘਰ ਨਹੀਂ ਗਏ, ਰਾਏ ਬੁਲਾਰ ਦੀ ਹਵੇਲੀ 'ਚ ਗਏ ਸਿੱਧੇ। ਰਾਏ ਜੀ ਉੱਠ ਕੇ ਸਤਿਕਾਰ ਕਰਨ ਲੱਗੇ, ਬਿਰਧ ਅਵਸਥਾ ਸੀ ਉਦੋਂ, ਭਰਵੱਟੇ ਵੀ ਚਿੱਟੇ ਹੋ ਚੁੱਕੇ ਸੀ। ਬਿਰਧ ਅਵਸਥਾ ਹਜ਼ੂਰ ਨੇ ਬਾਹਾਂ ਤੋਂ ਪਕੜ ਲਿਆ, ਬੜੇ ਪ੍ਰੇਮ ਨਾਲ ਬਿਠਾਇਆ, ਆਪ ਕੋਲ ਬੈਠੇ। ਤਾਂ ਰਾਏ ਬੁਲਾਰ ਨੇ ਇੱਕ ਬਚਨ ਕੀਤਾ ਜੋ ਪੁਰਾਤਨ ਜਨਮ ਸਾਖੀ 'ਚ ਲਿਖਿਆ ਹੋਇਆ। ਰਾਏ ਬੁਲਾਰ ਨੇ ਕਿਹਾ ਕਿ ਸਤਿਗੁਰੂ ਜੀ, ਗ੍ਰੰਥਾਂਕਾਰਾਂ ਨੇ, ਵਿਦਵਾਨਾਂ ਨੇ ਧਾਰਮਿਕ ਗ੍ਰੰਥ ਪੋਥੀਆਂ ਵਿੱਚ ਇਹ ਬਚਨ ਲਿਖਿਆ ਕਿ ਅਗਿਆਨ ਹਨੇਰੇ ਵਰਗਾ ਹੈ, ਪਰ ਮੇਰੇ ਆਤਮੇ ਹੋਰ ਆਉਂਦੀ ਹੈ। ਜਨਮ ਸਾਖੀ ਦੀਆਂ ਤੁਕਾਂ। ਹਜ਼ੂਰ ਕਹਿਣ ਲੱਗੇ, ਰਾਏ ਜੀ ਜੋ ਤੁਹਾਡੇ ਆਤਮੇ ਆਉਂਦੀ ਹੈ ਉਹ ਦੱਸੋ, ਜੋ ਤੁਹਾਡੇ ਹਿਰਦੇ 'ਚ ਗੱਲ ਆ ਉਹ ਦੱਸੋ। ਤਾਂ ਰਾਏ ਬੁਲਾਰ ਜੀ ਕਹਿਣ ਲੱਗੇ ਕਿ ਦਾਤਾ ਜੀ, ਹਨੇਰੇ 'ਚ ਬੈਠਾ ਹੋਵੇ ਮਨੁੱਖ ਅਤੇ ਦੂਰੋਂ ਆਉਂਦੇ ਮਨੁੱਖ ਨਹੀਂ ਦਿਖਾਈ ਦਿੰਦੇ, ਕੁੱਤਾ ਬੇਲਾ ਦਿਖਾਈ ਨਹੀਂ ਦਿੰਦਾ, ਪਛਾਣਿਆ ਨਹੀਂ ਜਾਂਦਾ ਕੌਣ ਹੈ, ਔਰ ਦੂਰ ਪਈਆਂ ਚੀਜ਼ਾਂ ਹਨੇਰੇ ਕਰਕੇ ਨਹੀਂ ਦਿਖਾਈ ਦਿੰਦੀਆਂ, ਪਰ ਆਪਣੇ ਆਪ ਦਾ ਗਿਆਨ ਹੁੰਦਾ ਕਿ ਮੈਂ ਬੈਠਾ ਹਾਂ ਕਿ ਖਲੋਤਾ ਹਾਂ, ਮੇਰੇ ਅੰਗ ਪ੍ਰਤੰਗ ਹਿਲਜੁਲ ਰਹੇ ਨੇ ਕਿ ਸਥਿਰ ਹਨ। ਇਹ ਆਪਣੇ ਆਪ ਦਾ ਤਾਂ ਗਿਆਨ ਹੁੰਦਾ ਹਨੇਰੇ ਵਿੱਚ ਵੀ, ਪਰ ਅਗਿਆਨ ਐਡਾ ਜ਼ਬਰਦਸਤ ਹਨੇਰਾ ਹੈ ਕਿ ਇਸਨੇ ਮਨੁੱਖ ਨੂੰ ਭੁਲਾ ਦਿੱਤਾ ਤੂੰ ਕੌਣ ਹੈ, ਮਨੁੱਖ ਨੂੰ ਇਹ ਸਮਝ ਨਹੀਂ ਰਹੀ। ਹਜ਼ੂਰ ਨੇ ਕਿਹਾ ਬਾਣੀ ਸੁਣੋ ਰੇ, ਤੂੰ ਕੌਣ ਕਹਾਂ ਤੇ ਆਇਓ, ਹੇ ਜੀਵ ਇਹ ਬਚਨ ਸੁਣ, ਤੂੰ ਕੌਣ ਹੈ, ਕਿੱਥੋਂ ਆਇਆ, ਤੂੰ ਤਾਂ ਆਪਣੇ ਆਪ ਨੂੰ ਸਰੀਰ ਮੰਨ ਲਿਆ। ਇਹ ਵੱਡਾ ਅਗਿਆਨ ਹਨੇਰਾ ਫੈਲਿਆ ਹੋਇਆ ਜਿਹੜਾ ਅਸੀਂ ਆਪਣੇ ਸਰੂਪ ਨੂੰ ਸਰੀਰ ਮੰਨ ਲਿਆ, ਇਹਨੂੰ ਕਹਿੰਦੇ ਨੇ ਅੰਨਮੈ ਕੋਸ਼। ਅੰਨ ਤੋਂ ਬਣਿਆ ਸਾਡਾ ਸਰੀਰ, ਮਰਦ ਇਸਤਰੀ ਅੰਨ ਖਾਂਦੇ ਹਨ, ਖੂਨ ਅਤੇ ਬਿੰਦ ਬਣਦੀ ਹੈ, ਉਹਦੇ ਤੋਂ ਅੱਗੇ ਬੱਚਾ ਪੈਦਾ ਹੁੰਦਾ, ਇਹ ਅੰਨ ਦਾ ਬਣਿਆ ਸਰੀਰ ਆ, ਇਹਨੂੰ ਕਹਿੰਦੇ ਨੇ ਇਹਦੇ ਵਿੱਚ ਰਚੇ ਰਹਿਣਾ, ਅੰਨਮੈ ਕੋਸ਼, ਇਹਨੂੰ ਹੀ ਆਪਣਾ ਰੂਪ ਮੰਨ ਲਿਆ ਜੀਵ ਨੇ। ਪਰ ਵਾਸਤਵਿਕ ਰੂਪ ਵਿੱਚ ਇਹ ਸਰੀਰ ਸਾਡਾ ਰੂਪ ਨਹੀਂ, ਬਲਕਿ ਸੂਖਮ ਸਰੀਰ ਵੀ ਸਾਡਾ ਰੂਪ ਨਹੀਂ, ਉਹ ਵੀ ਖੋਲ ਹੈ। ਕਾਰਨ ਸਰੀਰ ਵੀ ਸਾਡਾ ਰੂਪ ਨਹੀਂ, ਸਾਡਾ ਸਰੂਪ ਤਾਂ ਆਤਮਾ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗਮਾਣ। ਉਹ ਮਨਾ ਤੇਰਾ ਅਸਲ ਸਰੂਪ ਜੋਤ ਹੈ, ਤੂੰ ਜੋਤ ਸਰੂਪ ਪਰਮਾਤਮਾ ਦੀ ਅੰਸ਼ ਹੈ, ਉਸ ਵਾਹਿਗੁਰੂ ਨਾਲ ਜੁੜ ਕੇ ਹੀ ਤੈਨੂੰ ਆਪਣੇ ਆਪ ਦਾ ਗਿਆਨ ਹੋਵੇਗਾ ਅਤੇ ਤੇਰਾ ਆਪਾ ਪਰਮ ਆਪੇ ਵਿੱਚ ਲੀਨ ਹੋਵੇਗਾ। ਸਿਮਰਨ ਤੋਂ ਬਿਨਾਂ ਨਹੀਂ, ਵਾਹਿਗੁਰੂ ਦੇ ਨਾਮ ਜਪਣ ਨਾਲ ਸਾਡੇ ਮਨ ਦਾ ਰੁੱਖ ਪਰਮਾਤਮਾ ਵੱਲ ਨੂੰ ਹੋਵੇਗਾ। ਜਿਵੇਂ ਜਿਵੇਂ ਇਹਨਾਂ ਕੋਸ਼ਾਂ ਤੋਂ ਅੱਗੇ ਲੰਘ ਕੇ ਅੰਤਰਮੁਖ ਬਿਰਤੀ ਹੋਵੇਗੀ, ਸ਼ਬਦ ਵਿੱਚ ਲੀਨ ਹੁੰਦਾ ਜਾਏਗਾ ਅਤੇ ਫਿਰ ਹੀ ਪਰਮਾਤਮਾ ਦਾ ਗਿਆਨ ਪ੍ਰਗਟ ਹੋਏਗਾ। ਨਾਮ ਏਡੀ ਵੱਡੀ ਮਹਾਨਤਾ ਰੱਖਦਾ। ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖਿਆ ਕਿ ਪਰਮਾਤਮਾ ਦੇ ਦੋ ਸਰੂਪ ਵਿਦਵਾਨਾਂ ਨੇ ਕਥਨ ਕੀਤੇ ਨੇ, ਇੱਕ ਹੈ ਨਿਰਗੁਣ ਸਰੂਪ, ਦੂਸਰਾ ਹੈ ਸਰਗੁਣ ਸਰੂਪ। ਨਿਰਗੁਣ ਸਰੂਪ ਦਾ ਮਤਲਬ ਹੈ ਕਿ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਸਰੂਪ। ਸਰਗੁਣ ਦਾ ਰੂਪ ਅਰਥ ਹੈ
ਮਾਇਆ ਦੇ ਤਿੰਨ ਗੁਣ ਹਨ, ਰਜੋ ਤਮੋ ਅਤੇ ਸਤੋ ਗੁਣ। ਇਹ ਸਤੋ ਗੁਣੀ, ਰਜੋ ਗੁਣੀ, ਤਮੋ ਗੁਣੀ, ਤਿੰਨ ਤਰ੍ਹਾਂ ਦੀ ਮਾਇਆ। ਇਹ ਮਾਇਆ ਵਾਲਾ ਜਿਹੜਾ ਰੂਪ ਧਾਰਿਆ, ਮਾਇਆ ਵਾਲਾ ਰੂਪ ਧਾਰੇ ਪਰਮਾਤਮਾ ਤਾਂ ਦਿਖਾਈ ਦਿੰਦਾ, ਦਰਸ਼ਨ ਹੋ ਸਕਦਾ ਪਰ ਮੁਕੰਮਲ ਦਰਸ਼ਨ ਨਹੀਂ। ਨਿਰਗੁਣ ਸਰੂਪ ਦਾ ਗਿਆਨ ਹੋ ਸਕਦਾ ਹੈ, ਧਿਆਨ ਨਹੀਂ ਅਤੇ ਦਰਸ਼ਨ ਨਹੀਂ, ਪ੍ਰਤੱਖ ਦਰਸ਼ਨ ਨਹੀਂ ਅੱਖਾਂ, ਕਿਉਂਕਿ ਮਾਇਆ ਤੋਂ ਰਹਿਤ ਸਰੂਪ ਹੈ। ਮਾਇਆ ਦਿਖਾਈ ਦਿੰਦੀ ਹੈ, ਨਿਰੰਕਾਰ ਦਿਖਾਈ ਨਹੀਂ ਦਿੰਦਾ। ਇਸ ਪ੍ਰਕਾਰ ਭਾਈ ਸਾਹਿਬ ਲਿਖਦੇ ਨੇ ਕਿ ਨਿਰਗੁਣ ਸਰੂਪ ਪਰਮਾਤਮਾ ਹਰੇਕ ਜੀਵ ਦੇ ਘੱਟ ਘੱਟ ਵਿੱਚ ਵਿਆਪਕ ਹੈ, ਸਮਾਇਆ ਹੋਇਆ ਸਾਰੀ ਕੁਦਰਤ ਵਿੱਚ, ਪਰ ਵਿੱਚ ਸਮਾਉਣ ਦੇ ਬਾਵਜੂਦ ਸਾਰਾ ਸੰਸਾਰ ਦੁਖੀ ਹੈ। ਦੁਖੀ ਤਾਂ ਹੈ ਕਿਉਂਕਿ ਨਿਰਗੁਣ ਸਰੂਪ ਦਾ ਗਿਆਨ ਨਹੀਂ, ਪ੍ਰਾਪਤੀ ਨਹੀਂ, ਮਿਲਾਪ ਨਹੀਂ। ਜਿਵੇਂ ਘਰ ਵਿੱਚ ਕੋਈ ਚੀਜ਼ ਹੋਵੇ ਤਾਂ ਸਹੀ, ਪਰ ਹਨੇਰੇ ਕਰਕੇ ਦਿਖਾਈ ਨਾ ਦਿੰਦੀ ਹੋਵੇ ਜਾਂ ਕਿਤੇ ਗੁਆਚੀ ਹੋਈ ਹੋਵੇ, ਉਹਦਾ ਕੋਈ ਸੁੱਖ ਨਹੀਂ, ਪ੍ਰਾਪਤ ਨਹੀਂ ਅਤੇ ਸੁੱਖ ਨਹੀਂ। ਭਾਵੇਂ ਘਰ ਵਿੱਚ ਆ, ਜੇ ਕੋਲ ਹੈ, ਦਿਖਾਈ ਦੇ ਰਹੀ ਆ, ਹੱਥ ਵਿੱਚ ਫੜੀ, ਤਾਂ ਫਿਰ ਸੁੱਖ ਉਹਦੇ ਤੋਂ ਲਿਆ ਜਾ ਸਕਦਾ। ਭਗਤ ਕਬੀਰ ਜੀ ਨੇ ਕਿਹਾ ਹੈ, ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਹੀ ਹੈ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਏ। ਦੀਵਾ ਹੋਵੇ, ਹਨੇਰਾ ਦੂਰ ਹੋਇਆ ਹੋਵੇ, ਫਿਰ ਉਹ ਅਗੋਚਰ ਛੁਪੀ ਹੋਈ ਵਸਤੂ ਪ੍ਰਾਪਤ ਹੋ ਜਾਏਗੀ, ਉਹਦਾ ਸੁੱਖ ਹੋਏਗਾ। ਪਰਮਾਤਮਾ ਦਾ ਨਾਮ ਇੱਡੀ ਮਹਾਨਤਾ ਰੱਖਦਾ ਹੈ ਕਿ ਨਿਰਗੁਣ ਸਰੂਪ ਦਾ ਗਿਆਨ ਨਾਮ ਦੁਆਰਾ ਹੀ ਪ੍ਰਾਪਤ ਹੋਏਗਾ। ਜਦੋਂ ਪ੍ਰਾਪਤ ਹੋ ਗਿਆ ਤਾਂ ਸੁੱਖ ਹੋਵੇਗਾ, ਦੁੱਖ ਨਹੀਂ ਹੋਵੇਗਾ। ਆਤਮਕ ਸੁੱਖ ਦੀ ਪ੍ਰਾਪਤੀ ਨਾਮ ਦੁਆਰਾ, ਕਿਉਂਕਿ ਨਿਰਗੁਣ ਸਰੂਪ ਦਾ ਗਿਆਨ ਨਾਮ ਤੋਂ ਬਿਨਾਂ ਨਹੀਂ। ਪਰਮਾਤਮਾ ਵਿੱਚ ਵੱਸਦਾ ਸਭ ਦੇ, ਪਰ ਸਾਰਾ ਸੰਸਾਰ ਦੁਖੀ ਹੈ, ਕਿਉਂਕਿ ਪ੍ਰਾਪਤੀ ਨਹੀਂ, ਮਿਲਾਪ ਨਹੀਂ। ਜਿਵੇਂ ਸਿਆਣਿਆਂ ਕਿਹਾ, ਕੰਧ ਉੱਲੇ ਪ੍ਰਦੇਸ਼। ਸਰਗੁਣ ਸਰੂਪ ਦਾ ਦਰਸ਼ਨ ਵੀ ਸਿਮਰਨ ਦੁਆਰਾ, ਨਾਮ ਸਿਮਰਨ ਦੁਆਰਾ ਹੀ ਹੋਵੇਗਾ। ਜੇ ਕਿਸੇ ਦੀ ਕਮਾਈ ਨਹੀਂ ਤਾਂ ਪਰਮਾਤਮਾ ਖੁਦ ਵੀ ਰੂਪ ਧਾਰ ਕੇ ਸਾਡੇ ਲਾਗੇ ਤੁਰਿਆ ਫਿਰੇ ਤਾਂ ਪਛਾਣ ਨਹੀਂ ਹੋ ਸਕੇਗੀ। ਇਸ ਪ੍ਰਕਾਰ ਦੋਵਾਂ ਸਰੂਪਾਂ ਤੋਂ ਪਰਮਾਤਮਾ ਦਾ ਨਾਮ ਵੱਡਾ। ਇੰਝ ਵੀ ਹਜ਼ੂਰ ਨੇ ਬਚਨ ਕੀਤੇ ਨੇ ਕਿ ਜਿਸ ਤਰ੍ਹਾਂ ਬਾਜੇ ਤੋਂ ਬਗੈਰ, ਸਾਜ਼ ਤੋਂ ਬਗੈਰ ਨ੍ਰਿਤਕਾਰੀ ਨਹੀਂ ਹੋ ਸਕਦੀ। ਕੋਈ ਨੱਚਣ ਵਾਲਾ ਜਾਂ ਨੱਚਣ ਵਾਲੀ ਸਾਜ਼ ਵੱਜੇ ਤਾਂ ਨੱਚ ਸਕਦੇ ਨੇ, ਨਹੀਂ ਤਾਂ ਨਹੀਂ। ਬਿਨ ਬਾਜੈ ਕੈਸੋ ਨ੍ਰਿਤਕਾਰੀ, ਬਿਨ ਕੰਠੈ ਕੈਸੇ ਗਾਵਨਹਾਰੀ। ਗਾਉਣ ਵਾਲਾ ਜਾਂ ਗਾਉਣ ਵਾਲੀ, ਗਲਾ ਹੋਵੇਗਾ ਤਾਂ ਗਾਉਣਗੇ, ਜੇ ਗਲਾ ਹੀ ਨਹੀਂ ਤਾਂ ਗਾ ਨਹੀਂ ਸਕਦੇ। ਜੀਲ ਬਿਨਾਂ ਕੈਸੇ ਵੱਜੈ ਰਬਾਬ, ਰਬਾਬ ਤਾਊਸ ਸਰੰਦਾ ਤਾਨਪੁਰਾ ਜਿਹੜੇ ਤੰਤੀ ਸਾਜ਼ ਹਨ, ਇਹ ਜੀਲ ਤੋਂ ਬਗੈਰ, ਤੰਦੀ ਤੋਂ ਬਗੈਰ ਗੱਜ ਕਿੱਥੇ ਫੇਰਿਆ ਜਾਏ ਅਤੇ ਕਿੱਥੋਂ ਰਾਗ ਰਾਗਣੀਆਂ ਲਾਪੇ ਜਾਣਗੇ। ਨਾਮ ਬਿਨਾਂ ਬਿਰਥੇ ਸਭ ਕਾਜ। ਇਸੇ ਤਰ੍ਹਾਂ ਜੇ ਤੇਰੇ ਜੀਵਨ ਵਿੱਚ ਪਰਮਾਤਮਾ ਦਾ ਨਾਮ ਹੈ ਨਹੀਂ ਤਾਂ ਜਿੰਨੇ ਕਾਰੋ ਮਦਾਰ ਕਰਦਾ, ਭਾਵੇਂ ਲੱਖਾਂ ਅਰਬਾਂ ਕਰੋੜਾਂ ਜੋੜ ਲਾ, ਬੜੀ ਜਾਇਦਾਦ ਬਣਾ ਲਾ, ਦੇਸ਼ ਦਾ ਬਾਦਸ਼ਾਹ ਬਣ ਜਾ, ਤੇਰੇ ਕਿਸੇ ਕੰਮ ਨਹੀਂ, ਵਿਅਰਥ ਹੈ ਸਾਰਾ ਕੁਝ। ਇਸ ਵਾਸਤੇ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਤਿੰਨ ਮਾਤ ਕੀਜੈ ਹਰ ਬਾਂਝਾ। ਪਰਮਾਤਮਾ ਨੂੰ ਚਾਹੀਦਾ ਸੀ ਉਹਨਾਂ ਦੀ ਮਾਂ ਨੂੰ ਬੰਝਿਆ ਕਰ ਦਿੰਦਾ, ਯਾਨੀ ਕਿ ਕੁੱਖ ਨਾ ਹਰੀ ਹੁੰਦੀ, ਇਹ ਨਿਕੰਮੇ ਜੰਮਦੇ, ਨਾ ਬਾਂਝ ਰਹਿੰਦੀ ਇਸਤਰੀ, ਉਹ ਮਾਂ ਬਾਂਝ ਰਹਿੰਦੀ, ਜਨਮ ਦੇਣ ਜੋਗੀ ਨਾ ਹੁੰਦੀ। ਇਹ ਕਿਉਂ ਜੰਮੇ, ਕਿਉਂ ਮਹਾਰਾਜ ਐਸਾ ਕਿਉਂ ਕਹਿ ਰਹੇ? ਤਾਂ ਹਜ਼ੂਰ ਕਹਿੰਦੇ ਨੇ, ਤਿੰਨ ਸੁੰਨੀ ਦੇ ਫਿਰ ਹੈ ਬਿਨ ਨਾਵੈ। ਜੋ ਪਰਮਾਤਮਾ ਦੇ ਨਾਮ ਤੋਂ ਬਗੈਰ ਹੀ ਤੁਰੇ ਫਿਰਦੇ, ਜਿਉਂਦੇ ਜਾਗਦੇ ਇਨਸਾਨ ਕਹਾਰੇ ਨੇ, ਉਹਨਾਂ ਦੀਆਂ ਦੇਹਾਂ ਸੁੰਨੀਆਂ ਹਨ, ਖਾਲੀ ਹਨ, ਕੱਖ ਨਹੀਂ ਉੱਥੇ। ਜਿੱਥੇ ਪਰਮਾਤਮਾ ਦਾ ਨਾਮ ਆ, ਉੱਥੇ ਸਾਰੇ ਸ਼ੁਭ ਗੁਣਾਂ ਦਾ ਨਿਵਾਸ ਹੈ, ਉਹ ਹਿਰਦਾ ਮਾਲਾ ਮਾਲ ਹੈ, ਭਰਿਆ ਹੋਇਆ। ਅਤੇ ਜਿੱਥੇ ਪਰਮਾਤਮਾ ਦਾ ਨਾਮ ਹੈ ਨਹੀਂ, ਉਹ ਦੇਹਾਂ ਸੁਣੀਆਂ, ਹਜ਼ੂਰ ਕਹਿੰਦੇ ਖਾਲੀ ਦਿਸਦੀਆਂ, ਕੁਛ ਨਹੀਂ ਉੱਥੇ। ਉਹ ਇਹ ਖਪ ਖਪ ਮੋਏ ਕਰਾਂਝਾ, ਉਹਨਾਂ ਦਾ ਜੀਵਨ ਹੈ ਖਪਣ ਵਾਲਾ। ਉਹ ਦਿਨੇ ਰਾਤ ਹਾਏ ਮਾਇਆ, ਹਾਏ ਮਾਇਆ, ਮਾਇਆ ਮਨੋ ਨਾ ਵਿਸਰੈ ਮੰਗੈ ਦਮਾਂ ਦਮ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ।
ਇਸ ਪ੍ਰਕਾਰ ਹਾਏ ਮਾਇਆ ਹਾਏ ਮਾਇਆ ਹਾ ਹਾ ਕਰਤ ਬਿਹਾਨੀ ਅਬਦ ਹੈ ਤਾਂ ਮੈਂ ਸੰਤੋਖ ਨਾ ਪਾਇਆ ਟਕਾ ਨਹੀਂ ਭੱਜ ਦੌੜ ਹੈ। ਸਿਕੰਦਰ ਬਾਦਸ਼ਾਹ ਅਲੈਗਜ਼ੈਂਡਰ ਹਿੰਦੁਸਤਾਨ ਵੱਲ ਨੂੰ ਚੜ੍ਹੇ ਆ ਰਿਹਾ ਸੀ। ਅਫਗਾਨਿਸਤਾਨ ਦੇ ਰੇਤਿਆਂ ਵਿੱਚ ਇੱਕ ਫਕੀਰ ਲੇਟਿਆ ਹੋਇਆ ਅਤੇ ਬਾਦਸ਼ਾਹ ਦੇ ਅਹਿਲਕਾਰਾਂ ਨੇ ਉਸ ਫਕੀਰ ਨੂੰ ਪਕੜ ਲਿਆ ਕਿ ਤੂੰ ਬੇਪਰਵਾਹ ਹੋ ਕੇ ਲੇਟਿਆ ਹੋਇਆ, ਬਾਦਸ਼ਾਹ ਦੀ ਸਵਾਰੀ ਲੰਘ ਰਹੀ ਆ, ਉੱਠ ਕੇ ਸਜਦਾ ਨਹੀਂ ਕੀਤਾ ਗਿਆ। ਅਤੇ ਉਹ ਫਕੀਰ ਕਹਿਣ ਲੱਗਾ ਬਾਦਸ਼ਾਹ ਨਾਲ ਗੱਲ ਤਾਂ ਕਰਾਓ ਜਿਹਨੂੰ ਸਜਦਾ ਕਰਨਾ, ਬਾਦਸ਼ਾਹ ਦੇ ਸਾਹਮਣੇ ਲੈ ਗਏ। ਫਕੀਰ ਕਹਿਣ ਲੱਗਾ ਵੀ ਇਸ ਦੋਸ਼ ਵਿੱਚ ਤੇਰੇ ਅਹਿਲਕਾਰਾਂ ਨੇ ਮੈਨੂੰ ਪਕੜਿਆ ਅਤੇ ਮੈਂ ਉੱਠ ਕੇ ਸਜਦਾ ਨਹੀਂ ਕੀਤਾ। ਅਤੇ ਬਾਦਸ਼ਾਹ ਕਹਿਣ ਲੱਗਾ ਹਾਂ ਦੱਸ ਫਿਰ ਕਿਉਂ ਨਹੀਂ ਸਜਦਾ ਕੀਤਾ, ਸਾਰੀ ਦੁਨੀਆ ਮੈਨੂੰ ਸਲਾਮਾਂ ਕਰਦੀ, ਤੂੰ ਕਿਉਂ ਨਹੀਂ ਉੱਠਿਆ। ਅਤੇ ਫਕੀਰ ਕਹਿਣ ਲੱਗਾ ਵੀ ਮੈਂ ਵੀ ਬਾਦਸ਼ਾਹ ਅਤੇ ਤੂੰ ਵੀ ਬਾਦਸ਼ਾਹ, ਤੂੰ ਹਾਥੀ 'ਤੇ ਉਤਰ ਕੇ ਮੈਨੂੰ ਸਜਦਾ ਕਿਉਂ ਨਹੀਂ ਕੀਤਾ, ਮੈਂ ਤੈਨੂੰ ਕਿਉਂ ਕਰਾਂ। ਅਤੇ ਬਾਦਸ਼ਾਹ ਖਿੜਖੜਾ ਆ ਕੇ ਤਾੜੀ ਮਾਰ ਕੇ ਹੱਸਿਆ, ਕਹਿਣ ਲੱਗਾ ਉਹ ਫਕੀਰਾ ਜਿਵੇਂ ਸਮਾਨ ਦੇ ਕਲਾਪੇ ਮੇਲੇ ਹਨ, ਮੇਰੇ ਕੋਲ ਬਾਦਸ਼ਾਹਤ ਹਾਥੀਆਂ ਘੋੜਿਆਂ ਦਾ ਮਾਲਕ ਫੌਜੀਆਂ ਦਾ ਮਾਲਕ, ਖਜ਼ਾਨਾ ਮੇਰਾ ਭਰਿਆ ਹੋਇਆ ਦਮੜਿਆਂ ਨਾਲ, ਹੁਕਮ ਮੇਰਾ ਚੱਲਦਾ ਫਰਮਾਨ, ਜੋ ਕਵਾਂ ਜਿਹਨੂੰ ਮਰਜ਼ੀ ਮਰਵਾ ਦਿਆਂ, ਜਿਹਨੂੰ ਮਰਜ਼ੀ ਜਾਨੋਂ ਬਖਸ਼ ਦਿਆਂ, ਅਤੇ ਤੂੰ ਦਰ ਦਰ ਦਾ ਟੁਕੜ ਗਦਾਈ, ਕੱਪੜੇ ਤੇਰੇ ਫਟੇ ਹੋਏ, ਘਰ ਨਹੀਂ ਘਾਟ ਨਹੀਂ, ਰੇਤ 'ਤੇ ਲਟਿਆ ਹੋਇਆ, ਜਾਣਦਾ ਬੁੱਝਦਾ ਤੈਨੂੰ ਕੋਈ ਨਹੀਂ, ਤੂੰ ਬਾਦਸ਼ਾਹ ਕਿਵੇਂ। ਅਤੇ ਉਹ ਫਕੀਰ ਕਹਿਣ ਲੱਗਾ ਵੀ ਮੈਨੂੰ ਇਹ ਪਹਿਲਾਂ ਦੱਸੋ ਬਾਦਸ਼ਾਹ ਸਲਾਮਤ, ਤੁਸੀਂ ਕਿੱਧਰ ਨੂੰ ਜਾ ਰਹੇ। ਕਹਿਣ ਲੱਗਾ ਹਿੰਦੁਸਤਾਨ ਫਤਿਹ ਕਰਨ ਚੱਲੇ। ਅੱਛਾ ਫਿਰ ਮੈਂ ਚੀਨ ਫਤਿਹ ਕਰਾਂਗਾ। ਅੱਛਾ ਜੀ ਫਿਰ ਜੀ ਬਰਮਾ ਫਤਿਹ ਕਰਾਂ। ਫਕੀਰ ਕਹਿਣ ਲੱਗਾ ਮੁੱਕਦੀ ਗੱਲ ਇਹ ਵੀ ਜਦੋਂ ਸਾਰੇ ਦੇਸ਼ ਜਿੱਤ ਲਏ ਫਤਿਹ ਕਰ ਲਏ ਫਿਰ ਤੁਸੀਂ ਬਾਦਸ਼ਾਹ ਸਲਾਮਤ ਜੀ ਕੀ ਕਰੋਗੇ। ਅਤੇ ਬਾਦਸ਼ਾਹ ਕਹਿਣ ਲੱਗਾ ਮੂਰਖਾ ਫਿਰ ਟਿੱਕ ਕੇ ਬਹਿ ਜਾਵਾਂਗਾ, ਫਿਰ ਮੈਂ ਕੀ ਕਰਨਾ ਜਦੋਂ ਸਾਰੇ ਦੇਸ਼ ਜਿੱਤ ਲਏ। ਅਤੇ ਫਕੀਰ ਫਿਰ ਤਾੜੀ ਮਾਰ ਕੇ ਹੱਸਿਆ, ਕਹਿਣ ਲੱਗਾ ਖਬਰੇ ਟਿਕਣਾ ਮਿਲੇ ਕਿ ਨਾ, ਖਾਵੇਂਗਾ ਤਾਂ ਦੋ ਬੁਰਕੀਆਂ ਰੋਟੀ, ਅਤੇ ਬਾਦਸ਼ਾਹਤ ਪ੍ਰਾਪਤ ਕਰਕੇ ਵੀ ਤੇਰੇ ਅੰਦਰ ਟਕਾ ਹੈ ਨਹੀਂ, ਸੰਤੋਖ ਨਹੀਂ, ਹੁਣ ਹੋਰ ਚੱਲਿਆ ਹਿੰਦੁਸਤਾਨ ਦੇ ਲੋਕਾਂ ਦੇ ਘਰ ਉਜਾੜਨ, ਸੁਹਾਗਵੰਤੀਆਂ ਦੇ ਸੁਹਾਗ ਮਾਰ ਦੇਗਾ, ਬੁੱਢਿਆਂ ਬਜ਼ੁਰਗਾਂ ਦੀਆਂ ਡੰਗੋਰੀਆਂ ਉਹਨਾਂ ਦੇ ਨੌਜਵਾਨ ਪੁੱਤ ਮਾਰ ਕੇ ਖੋ ਲਏਗਾ, ਬੱਚਿਆਂ ਦੇ ਸਿਰਾਂ ਤੋਂ ਮਾਂ ਪਿਓ ਦਾ ਸਾਇਆ ਉੱਠ ਜਾਏਗਾ, ਕਿੰਨਾ ਖੂਨ ਵਹਾਏਗਾ, ਕਿੰਨੇ ਪਾਪ ਇਕੱਠੇ ਕਰ ਲਏਗਾ, ਫਿਰ ਤੈਨੂੰ ਕੀ ਮਿਲੇਗਾ। ਔਰ ਖੋਰੇ ਟਿਕਣਾ ਮਿਲੇ ਕਿ ਨਾ, ਸਾਰੇ ਦੇਸ਼ ਜਿੱਤ ਗਏ ਅਤੇ ਮੈਂ ਹੁਣੇ ਟਿਕਿਆ ਹੋਇਆ, ਨਿਸਲ ਜਨ ਟੰਗ ਧਰ, ਗੁਰੂ ਗ੍ਰੰਥ ਸਾਹਿਬ ਦਾ ਬਚਨ, ਰੱਬ ਦਾ ਪਿਆਰਾ ਬੇਪਰਵਾਹ ਹੋ ਕੇ ਟੰਗ 'ਤੇ ਟੰਗ ਰੱਖ ਕੇ ਲੇਟਿਆ ਹੋਇਆ, ਜਿਹਨੂੰ ਲਾਲਸਾ ਹੈ ਉਹਦੇ ਅੰਦਰ ਟਕਾ ਨਹੀਂ, ਅਤੇ ਲਾਲਸਾ ਬੁੱਝਦੀ ਹੈ ਪਰਮਾਤਮਾ ਦੇ ਨਾਮ ਦੁਆਰਾ ਹੀ। ਨਾਮ ਦੁਆਰਾ ਅੰਦਰ ਇੱਕ ਐਸਾ ਗਿਆਨ ਪ੍ਰਗਟ ਹੁੰਦਾ ਜਿੱਥੇ ਜਾ ਕੇ ਭੱਜ ਦੌੜ ਨਹੀਂ ਰਹਿੰਦੀ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਇੱਕ ਮਾਤਾ ਜੀ ਹੁਣ ਵੀ ਸਰੀਰਕ ਤੌਰ 'ਤੇ ਹੈ, ਜ਼ਿਲ੍ਹਾ ਗੁਰਦਾਸਪੁਰ 'ਚ ਬਰਿਆਰ ਪਿੰਡ ਹੈ, ਉਸ ਪਿੰਡ ਦੇ ਬਾਹਰ ਬਾਹਰ ਉਹ ਪੰਜ ਸੱਤ ਘਰ ਹਨ। ਇੱਕ ਮਹਾਂਪੁਰਸ਼ ਹੋਏ ਨੇ ਸਾਡੇ ਪੰਥ ਵਿੱਚ, ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ, ਉਹ ਪਹਿਲਾਂ ਫੌਜ ਵਿੱਚ ਰਹੇ, ਉੱਥੇ ਵੀ ਜਿੱਥੇ ਸਮਾਂ ਮਿਲਦਾ ਸੀ ਪ੍ਰੇਮੀਆਂ ਨੂੰ ਨਾਲ ਲੈ ਕੇ ਸਤਸੰਗ, ਫਿਰ ਉਹ ਭਲਾਈ ਸਟੀਲ ਪਲਾਂਟ ਆ ਉੱਥੇ ਵੀ ਰਹੇ, ਜੋਬ ਕਰਦੇ ਰਹੇ, ਗ੍ਰਿਸਤੀ ਸੰਤ ਹੋਏ ਨੇ, ਉੱਥੇ ਵੀ ਸਤਸੰਗ ਕਾਇਮ ਕੀਤਾ ਹੈ। ਗ੍ਰਿਸਤੀ ਆਮ ਸਧਾਰਨ ਗ੍ਰਿਸਤੀਆਂ ਵਰਗੇ, ਰੱਬ ਦਾ ਨਾਮ ਸੀ ਉਹਨਾਂ ਕੋਲ, ਬੰਦਗੀ ਸੀ, ਅਤੇ ਉਹਨਾਂ ਨਾਲ ਜੁੜੀ ਹੋਈ ਸੰਗਤ ਅੱਜ ਵੀ ਵੱਸਦੀ ਆ। ਉਹਨੂੰ ਸੰਗਤ ਪਿਤਾ ਜੀ ਅਤੇ ਉਹਨਾਂ ਦੇ ਭੈਣ ਜੀ ਨੂੰ ਭੂਆ ਜੀ ਸੰਗਤ ਕਿਹਾ ਕਰਦੀ ਸੀ, ਅੱਜ ਵੀ ਸੰਗਤਾਂ ਹਨ, ਦੂਰ ਦੁਰਾਡੇ ਇਲਾਕਿਆਂ 'ਚ ਵੱਸਦੀਆਂ ਭਲੇ ਹੀ ਖਾਸ ਕਰਕੇ। ਉਹ ਫਿਰ ਇੱਧਰ ਪੰਜਾਬ 'ਚ ਆਏ ਆਪਣੇ ਘਰ, ਅਤੇ ਇੰਨੀ ਕਮਾਈ ਵਾਲੇ ਸਨ ਗੁਰਮੁਖ ਪਿਆਰੇ ਕਿ ਜਦੋਂ ਉਹਨਾਂ ਚੜ੍ਹਾਈ ਕਰਨੀ ਸੀ, ਚੜ੍ਹਾਈ ਕਰਨ ਤੋਂ ਕੁਝ ਵਰੇ ਪਹਿਲਾਂ, ਉਹਨਾਂ ਦੇ ਧੁੰਨੀ ਵਾਲੀ ਥਾਂ ਤੋਂ ਧੁੰਨੀ ਵਿੱਚੋਂ ਇੱਕ ਧੁੰਨ ਪ੍ਰਗਟ ਹੁੰਦੀ ਸੀ ਅੰਮ੍ਰਿਤ ਵੇਲੇ ਜਦੋਂ ਚੌਂਕੜਾ ਮਾਰ ਕੇ ਬੈਠਦੇ ਸੀ ਨਾ, ਸਿਮਰਨ ਕਰਦੇ ਸੀ, ਉਹ ਧੁੰਨੀ ਵਿੱਚੋਂ ਇੱਕ ਆਵਾਜ਼ ਨਿਕਲਦੀ ਸੀ ਜਿਹੜੀ ਦੋ ਦੋ ਕਿੱਲਿਆਂ ਤੱਕ ਦੁਆਲੇ ਸੁਣਾਈ ਦਿੰਦੀ ਸੀ, ਐਸੀ ਕਮਾਈ ਸੀ ਉਹਨਾਂ ਦੀ। ਉਹਨਾਂ ਦੇ ਉਹ ਭੈਣ ਜੀ ਬੀਬੀ ਹੰਸ ਘੌਰਾ ਨਾਂ ਉਹਨਾਂ ਦਾ, ਉਹ ਵਿਆਹੇ ਹੋਏ ਸੀ, ਅਤੇ ਉਹਨਾਂ ਨੇ ਕਿਹਾ ਵੀਰਾ ਮੇਰੇ ਵਾਸਤੇ ਅਰਦਾਸ ਕਰ, ਮੇਰੇ ਘਰ ਬੱਚਾ ਹੈ ਨੇ। ਤਾਂ ਮਹਾਂਪੁਰਸ਼ ਆਪਣੀ ਮੌਤ 'ਚ ਆਏ, ਕਹਿਣ ਲੱਗੇ ਭੈਣ ਜੀ ਛੱਡੋ ਪਰੇ ਅਰਦਾਸ ਕੀ ਕਰਨੀ ਆ,
ਤੁਹਾਨੂੰ ਗੁਰੂ ਮਹਾਰਾਜ ਕੋਲੋਂ ਕੋਈ ਵੱਡੀ ਦਾਤ ਲੈ ਕੇ ਦਿਆਂਗੇ। ਅਤੇ ਉਹਨਾਂ ਨੇ ਅਰਦਾਸ ਕੀਤੀ ਅਤੇ ਉਹ ਬੀਬੀ ਦੇ ਅੰਦਰ ਸਿਮਰਨ ਚੱਲ ਪਿਆ ਔਰ ਫਿਰ ਉਹ ਪਤੀ ਚੜ੍ਹਾਈ ਕਰ ਗਿਆ ਅਤੇ ਮਹਾਂਪੁਰਸ਼ ਕਹਿਣ ਲੱਗੇ ਇੱਥੇ ਸਾਡੇ ਕੋਲ ਹੀ ਆ ਕੇ ਰਹੋ। ਐਸਾ ਨਾਮ ਦਾ ਰਸ ਉਸਦੇ ਪਾਸ ਪ੍ਰਾਪਤ ਹੈ ਮਾਈ ਦੇ ਵੀ ਉਹਨੂੰ ਦੇਸ਼ ਕਾਲ ਭੁੱਲ ਜਾਂਦਾ, ਖਾਣ ਪੀਣ ਦੀ ਸੁੱਧ ਨਹੀਂ ਰਹਿੰਦੀ, ਧੁੱਪ ਛਾਂ ਦਾ ਪਤਾ ਨਹੀਂ ਲੱਗਦਾ। ਇਸ ਪ੍ਰਕਾਰ ਨਾਮ ਸਿਮਰਨ ਵਿੱਚ ਜੁੜੀ। ਇੱਕ ਬੀਬੀ ਜੀ ਕਨੇਡਾ ਤੋਂ ਉਹਨਾਂ ਦੇ ਵਾਕਫ ਗਏ ਵੀ ਭੂਆ ਜੀ ਮੇਰੇ ਵਾਸਤੇ ਵੀ ਅਰਦਾਸ ਕਰੋ, ਅਤੇ ਹੱਸ ਕੇ ਕਹਿਣ ਲੱਗੀ ਬਹਿ ਜਾ ਬਹਿ ਜਾ, ਇਹ ਫਿਰ ਜਫਾ ਮਾਰ ਲੈਂਦਾ, ਉੱਠਣ ਨਹੀਂ ਦਿੰਦਾ, ਫਿਰ ਤੂੰ ਕੁਝ ਸੋਚਣ ਸਮਝਣ ਜੋਗੀ ਨਹੀਂ ਰਹੇਂਗੀ, ਇਸ ਪ੍ਰਕਾਰ ਚੇਤਾ ਭੁਲਾ ਦੇਗਾ ਇਹ ਸਭ ਪਾਸਿਆਂ ਦਾ, ਅਤੇ ਅਜੇ ਤੇਰੇ ਬੱਚੇ ਵਿਆਹੁਣ ਵਾਲੇ ਵਿਆਹ ਲਾਗਾਂ, ਤੂੰ ਕਿਸ ਖਿਆਲ 'ਚ ਪਈ। ਇਸ ਪ੍ਰਕਾਰ ਗੁਰੂ ਕੇ ਪਿਆਰਿਓ ਨਾਮ ਸਿਮਰਨ ਜਿਨ੍ਹਾਂ ਦੇ ਹਿਰਦੇ 'ਚ ਵੱਸ ਗਿਆ ਹੈ ਉਹਨਾਂ ਨੇ ਮਹਾਨ ਬਰਕਤਾਂ ਪ੍ਰਾਪਤ ਕੀਤੀਆਂ ਹਨ, ਅਤੇ ਜੋ ਆਮ ਵਿਅਕਤੀ ਨੇ ਉਹਨਾਂ ਦੀਆਂ ਦੇਹਾਂ ਸੁਣੀਆਂ, ਉੱਥੇ ਤ੍ਰਿਸ਼ਨਾ ਹੈ, ਭੱਜ ਦੌੜ ਹੈ, ਵਿਕਾਰਾਂ ਦਾ ਮਨ ਗਰੱਸਿਆ ਹੋਇਆ, ਨੜੱਤਪੁਣਾ, ਖਿੰਜੋ ਤਾੜਾ ਇੰਦਰੀਆਂ ਦਾ, ਇਸ ਪ੍ਰਕਾਰ ਹਜ਼ੂਰ ਤਾਂ ਕਹਿ ਰਹੇ ਨੇ ਕਿ ਉਹ ਦੇਹਾਂ ਸੁਣੀਆਂ ਹਨ, ਖਾਲੀ ਹਨ। ਜਿਹੜੇ ਜੀਵ ਨਾਮ ਸਿਮਰਨ ਤੋਂ ਬਿਨਾਂ ਹੀ ਤੁਰੇ ਫਿਰਦੇ ਨੇ ਉਹਨਾਂ ਨੇ ਮਾਇਆ ਪਦਾਰਥਾਂ ਵਾਸਤੇ ਲਾਲਸਾ ਵਿੱਚ ਕਰੁੱਝ ਕਰੁੱਝ ਕੇ, ਲੁੱਛ ਲੁੱਛ ਕੇ, ਤੜਫ ਤੜਫ ਕੇ ਮਰ ਖੱਪ ਜਾਣਾ, ਜਿਉਂਦੇ ਹੀ ਮਰੇ ਹੋਏ ਸੀ। ਹਜ਼ੂਰ ਨੇ ਕਿਹਾ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਤਨਵੰਤ ਮ੍ਰਿਤਕ ਕਹੀ ਹੈ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਹਜ਼ੂਰ ਕਹਿੰਦੇ ਨੇ ਪਹਿਲਾਂ ਤਾਂ ਇਹ ਸਾਰੇ ਗੁਣ ਇੱਕ ਮਨੁੱਖ 'ਚ ਹੁੰਦੇ ਨਹੀਂ। ਜੇ ਸੁੰਦਰ ਹੋਵੇਗਾ ਤਾਂ ਅਮੀਰ ਨਹੀਂ ਹੋਵੇਗਾ, ਉੱਚਾ ਖਾਨਦਾਨ ਕੋਲ ਨਹੀਂ ਹੋਵੇਗੀ, ਵਾਕ ਬੋਲਣ ਵਿੱਚ ਚਤੁਰ ਸਿਆਣਾ ਨਹੀਂ ਹੋਵੇਗਾ। ਸੋ ਮਹਾਰਾਜ ਕਹਿੰਦੇ ਸਭ ਕੁਝ ਕੋਲ ਹੋਵੇ ਦੁਨਿਆਵੀ ਤੌਰ 'ਤੇ, ਜਿਨ੍ਹਾਂ ਨੂੰ ਅਸੀਂ ਬੜੀਆਂ ਵੱਡੀਆਂ ਚੀਜ਼ਾਂ ਸਮਝਦੇ ਹਾਂ, ਅਤਿਅੰਤ ਹੀ ਸੁੰਦਰ ਸਰੂਪ ਵਾਲਾ ਹੋਵੇ, ਕੋਲ ਖਾਨਦਾਨ ਬੜਾ ਉੱਚਾ ਹੋਵੇ, ਅਮੀਰਾਂ ਦਾ ਮੰਨੇ ਪਰਮੰਨੇ ਹੋਣ, ਚਤੁਰ ਵਾਕਾਂ ਦੇ ਬੋਲਣ ਵਿੱਚ ਬੜਾ ਚਤੁਰ ਦਾਨਾ ਹੋਵੇ, ਸਿਆਣਾ ਹੋਵੇ, ਮੁੱਖ ਦਾ ਗਿਆਨੀ ਹੋਵੇ, ਮੁੱਖ ਤੋਂ ਗਿਆਨ ਧਿਆਨ ਦੀਆਂ ਗੱਲਾਂ ਕਰਨ ਵਾਲਾ, ਧਨਵੰਤ ਧਨਾੜ ਸ਼ਾਹੂਕਾਰ ਅਮੀਰ ਵੀ ਬੜਾ ਹੋਵੇ, ਧਨਵਾਨ ਹੋਵੇ, ਪਰ ਜਿਸ ਦੇ ਹਿਰਦੇ 'ਚ ਪਰਮਾਤਮਾ ਦੀ ਪ੍ਰੀਤ ਨਹੀਂ ਉਪਜੀ, ਸਾਡੀ ਨਜ਼ਰ ਵਿੱਚ ਉਹ ਮ੍ਰਿਤਕ ਹੈ, ਮੁਰਦਾ ਹੈ। ਇਹ ਮ੍ਰਿਤਕ ਮੜਾ ਸਰੀਰ ਹੈ ਸਭ ਜੱਗ ਜਿੱਤ ਰਾਮ ਨਾਮ ਨਹੀਂ ਵਸਿਆ। ਹਜ਼ੂਰ ਦੇ ਤਾਂ ਇਹੋ ਜਿਹੇ ਬਚਨ ਨੇ ਵੀ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਵਸਿਆ ਇਹ ਸਰੀਰ ਮ੍ਰਿਤਕ ਮੜਾ ਹੈ, ਇਹ ਮੜੀ ਹੈ, ਬਲਦੀ ਹੋਈ ਕੁਛ ਵੀ ਨਹੀਂ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਜਿਹੜਾ ਹਰੀ ਮਾਝਾ ਵਿੱਚ ਹੈ ਨਾ ਕੁਦਰਤ ਦੇ ਤੇਰੇ ਅੰਦਰ ਵੀ, ਸਾਰੀ ਸ੍ਰਿਸ਼ਟੀ ਵਿੱਚ ਜਿਹੜਾ ਸਮਾਇਆ ਹੋਇਆ ਪਰਮਾਤਮਾ ਮਨ ਹੀ ਮਨ ਦੇ ਅੰਦਰ, ਉਸ ਰਮੇ ਹੋਏ ਰਾਮ, ਰਾਮ ਦਾ ਅਰਥ ਹੈ ਵਿਆਪਕ, ਇੱਥੇ ਰਾਮ ਚੰਦਰ ਦਾ ਵਾਚਕ ਨਹੀਂ ਸਮਝਣਾ, ਸ਼ਾਇਦ ਰਾਮ ਚੰਦਰ ਬਾਰੇ ਕਹਿ ਰਹੇ ਨੇ, ਨਹੀਂ, ਰਾਮ ਰਮਿਆ ਹੋਇਆ ਵਿਆਪਕ ਸਰੂਪ ਪਰਮਾਤਮਾ, ਉਸ ਦਾ ਨਾਮ ਜਪ, ਹਿਰਦੇ ਕਰਕੇ ਜਪ, ਕਿਉਂਕਿ ਮੁੱਖੋਂ ਹਰ ਹਰ ਸਭ ਕੋ ਕਰੈ ਵਿਰਲੈ ਹਿਰਦੈ ਵਸਾਇਆ, ਨਾਨਕ ਜਿਨ ਕਹਿ ਹਿਰਦੈ ਵਸਿਆ ਮੋਖ ਮੁਗਤ ਤਿਨ ਪਾਇਆ। ਰਾਮ ਰਾਮ ਸਭ ਕੋ ਕਰੈ ਕਹਿਆ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਮਨ ਵੀ ਇਸ ਪਾਸੇ ਲੱਗੇ, ਇੱਧਰ ਇਹ ਨਹੀਂ ਵੀ ਵਿਖਾਵੇ ਨਾਲ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਕਰੇ ਅਤੇ ਅੰਦਰ ਤੇਰੇ ਹੋਰ ਹੀ ਕੁਝ ਵਸਿਆ ਹੋਵੇ, ਕਿਹਦੇ ਨਾਲ ਠੱਗੀ ਮਾਰਾਂ, ਕਿਹੜਾ ਰਾਮ ਵਾਹਿਗੁਰੂ ਵਾਹਿਗੁਰੂ ਸੁਣ ਕੇ ਮੇਰੇ 'ਤੇ ਮੇਰੇ ਤੋਂ ਪ੍ਰਭਾਵਿਤ ਹੋਏ ਅਤੇ ਮੈਂ ਲੁੱਟਾਂ ਉਸਨੂੰ, ਇੰਝ ਨਹੀਂ ਗੱਲ ਬਣਨੀ। ਸੋ ਹਜ਼ੂਰ ਕਹਿੰਦੇ ਨੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀਓ ਮਨ ਸਮਝਾ, ਇਹ ਵੱਡੀ ਬਖਸ਼ਿਸ਼ ਹੈ। ਹਰੀ ਜਿਹੜਾ ਦੁੱਖਾਂ ਨੂੰ ਹਰਨ ਵਾਲਾ, ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲਾ, ਸ੍ਰਿਸ਼ਟੀ ਨੂੰ ਹਰੀ ਹਰ ਨਾਸ ਕਰਨ ਵਾਲਾ, ਐਸਾ ਕਿਰਪਾਲੂ ਦਿਆਲੂ ਜੋ ਵਾਹਿਗੁਰੂ ਹੈ, ਉਸ ਪ੍ਰਭੂ ਨੇ ਜਦੋਂ ਕਿਰਪਾ ਕੀਤੀ ਆਪਣੇ ਪਿਆਰਿਆਂ 'ਤੇ ਖਾਸ ਕਿਰਪਾ, ਇੱਕ ਵਚਨ ਹੈ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਪਰਮਾਤਮਾ ਦੀ ਸਮਾਨ ਨਜ਼ਰ ਤਾਂ ਸਾਰੀ ਸ੍ਰਿਸ਼ਟੀ ਉੱਪਰ ਹੈ, ਤਾਂ ਹੀ ਜੀਵ ਜਿਉਂਦੇ ਜਾਗਦੇ ਅਤੇ ਖਾਂਦੇ ਪੀਂਦੇ ਨੇ, ਦਾਤਾਂ ਮਿਲੀਆਂ, ਪਰ ਇੱਕ ਕਨੇਰੀ ਨਜ਼ਰ ਹੈ। ਉਸ ਨਜ਼ਰ ਦੇ ਪਾਤਰ ਜਿਹੜੇ ਬਣੇ ਉਹਨਾਂ ਨੂੰ ਵਾਹਿਗੁਰੂ ਨੇ ਆਪਣਾ ਨਾਮ ਪ੍ਰੇਮ ਬਖਸ਼ਿਆ, ਉਹ ਕਿਰਪਾ ਕੀਤੀ ਜਿਨ੍ਹਾਂ 'ਤੇ ਗੁਰ ਗਿਆਨ ਦੀਓ ਸਤਿਗੁਰੂ ਨਾਲ ਮਿਲਾਇਆ,
ਅਤੇ ਸਤਿਗੁਰੂ ਨੇ ਉਹਨਾਂ ਗੁਰਮੁਖਾਂ ਨੂੰ ਜਿਹੜੇ ਸਤਿਗੁਰਾਂ ਦੇ ਅਨੁਸਾਰੀ ਹੋ ਕੇ ਚੱਲਣ ਵਾਲੇ ਸੀ ਉਹਨਾਂ ਨੂੰ ਗਿਆਨ ਦਿੱਤਾ, ਹਿਰਦੇ 'ਚ ਗਿਆਨ ਪ੍ਰਗਟ ਕੀਤਾ, ਮਨ ਸਮਝਾ, ਉਹਨਾਂ ਦਾ ਮਨ ਸਮਝ ਗਿਆ। ਕਈ ਵਾਰੀ ਸਭ ਕੁਝ ਕੋਲ ਹੁੰਦਾ ਪਰ ਮਨ ਨਹੀਂ ਮੰਨਦਾ, ਮਨ ਸਮਝੇ ਨਾ ਤਾਂ ਗੱਲ ਨਹੀਂ ਬਣਦੀ। ਜਿਵੇਂ ਉਹ ਖੀਰ ਖਾਣਾ ਸਿੱਖ ਸੀ ਖਡੂਰ ਸਾਹਿਬ, ਸਿੱਖ ਕਹਿੰਦੇ ਸੀ ਕੁਝ ਕੰਮ ਵੀ ਕਰਿਆ ਕਰ, ਸੇਵਾ ਵੀ ਕਰਿਆ ਕਰ, ਖੀਰ ਖਾ ਕੇ ਸੁੱਤਾ ਰਹੀ ਨਾ। ਉਹ ਕਹਿੰਦਾ ਜਦੋਂ ਗੁਰੂ ਸਾਹਿਬ ਕਹਿਣਗੇ ਉਦੋਂ ਮੈਂ ਕਰ ਲਊਂਗਾ, ਤੁਸੀਂ ਕੌਣ ਹੋ ਮੈਨੂੰ ਸਿੱਖਿਆ ਦੇਣ ਵਾਲੇ। ਬਾਬਾ ਬੁੱਢਾ ਜੀ ਵੀ ਕਹਿ ਹਟੇ ਪਰ ਮੰਨਿਆ ਹੀ ਨਾ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਿਨ ਕਿਹਾ ਵੀ ਤੂੰ ਸਿੱਖਾ ਕੋਈ ਸੇਵਾ ਵੀ ਕਰਨਾ? ਕਹਿੰਦਾ ਜੀ ਨਹੀਂ, ਤੁਸੀਂ ਕਦੇ ਕਿਹਾ ਹੀ ਨਹੀਂ। ਮਹਾਰਾਜ ਕਹਿੰਦੇ ਹੁਣ ਤਾਂ ਸਮਾਂ ਹੀ ਲੰਘ ਚੱਲਿਆ, ਤੇਰੀ ਉਮਰ ਮੁੱਕਣ ਵਾਲੀ, ਹੁਣ ਤਾਂ ਇੰਝ ਹੀ ਹੋ ਸਕਦਾ, ਜਾ ਮੜੀ 'ਚ ਪੈ ਕੇ ਸੜ ਜਾ, ਤੇਰੀ ਕਲਿਆਣ ਹੋ ਜਾਏਗੀ। ਔਰ ਗਿਆ, ਹੁਣ ਜਿੰਨਾ ਖੀਰਾਂ ਖਾ ਕੇ ਅਤੇ ਨੀਂਦਾਂ ਮਾਣੀਆਂ, ਮੌਜਾਂ ਮਾਣੀਆਂ, ਬਿਸਤਰਾ ਮਾਣਿਆ, ਉਹ ਕਬਰ ਮੜੀ 'ਚ ਕਿਵੇਂ ਪੈ ਜਾਣ? ਦੁਆਲੇ ਦੁਆਲੇ ਘੁੰਮੀ ਜਾਂਦਾ ਸੀ। ਇੰਨੇ ਚਿਰ ਨੂੰ ਮੇਰਾ ਧਾੜਵੀ, ਮੇਰਾ ਨਾਂ ਸੀ ਉਹਦਾ ਧਾੜਵੀ, ਧਾੜਾ ਮਾਰ ਕੇ ਲੁੱਟ ਖੋਹ ਕਰਕੇ ਕਿਤੇ ਪੋਟਲੀ 'ਚ ਗਹਿਣੇ ਆਦਿਕ ਬੱਧੇ ਭੱਜਿਆ ਜਾਂਦਾ ਸੀ। ਉਹਨੇ ਇਹਨੂੰ ਮੜੀ ਦੁਆਲੇ ਘੁੰਮਦਿਆਂ ਵੇਖ ਲਿਆ, ਇਹਨੇ ਦੱਸਿਆ ਪਿਆ ਗੱਲ, ਗੁਰੂ ਮਹਾਰਾਜ ਨੇ ਬਚਨ ਕੀਤਾ ਅਤੇ ਮੈਥੋਂ ਮੜੀ 'ਚ ਪਿਆ ਨਹੀਂ ਜਾਂਦਾ। ਉਹ ਕਹਿਣ ਲੱਗਾ ਆਸ ਫੜ ਸਾਰਾ ਕੁਝ ਅਤੇ ਗੁਰੂ ਦਾ ਬਚਨ ਮੈਨੂੰ ਦੇ ਦੇ, ਮੈਂ ਮੜੀ 'ਚ ਪੈ ਜਾਂਦਾ, ਮੇਰਾ ਧਾੜਵੀ ਮੜੀ 'ਚ ਪੈ ਗਿਆ, ਤਰ ਗਿਆ। ਇਹ ਪਿੱਛੇ ਵਾਰ ਚੜ੍ਹੀ ਹੋਈ ਸੀ ਅਤੇ ਫੜਿਆ ਗਿਆ, ਜਿਹਦੇ ਕੋਲੋਂ ਮਾਲ ਸਬਾਬ ਮਿਲਣਾ ਸੀ ਉਹਨੂੰ ਹੀ ਕੁੱਟਣਾ ਸੀ। ਅਗਲੇ ਕੁੱਟ ਕੁੱਟ ਕੇ ਇਹਨੂੰ ਮਾਰ ਦਿੱਤਾ ਖੀਰ ਖਾਣੇ ਸਿੱਖ ਨੂੰ। ਇੰਝ ਮਨ ਨਹੀਂ ਮੰਨਿਆ ਅਤੇ ਗੱਲ ਨਹੀਂ ਬਣੀ। ਗੁਰ ਗਿਆਨ ਦੀਓ ਮਨ ਸਮਝਾ, ਗੁਰੂ ਦੇ ਉਪਦੇਸ਼ ਰਾਹੀਂ ਜਿਹਨਾਂ ਦਾ ਮਨ ਸਮਝ ਗਿਆ ਹੈ ਉਹਨਾਂ ਦੇ ਹਿਰਦੇ 'ਚ ਨਾਮ ਵੱਸ ਗਿਆ। ਹਰ ਕੀਰਤ ਕਲਯੁਗ ਪਦ ਉਤਮ, ਕਲਯੁਗ ਦੇ ਸਮੇਂ ਅੰਦਰ ਉੱਤਮ ਪਦਵੀ, ਚੌਂ ਜੁਗੀ ਕਲ ਕਾਲੀ ਕੰਢ ਇੱਕ ਉੱਤਮ ਪਦਵੀ ਇਸ ਯੁਗ ਮਾਹੇ। ਉੱਤਮ ਪਦਵੀ ਹੈ ਵਾਹਿਗੁਰੂ ਦਾ ਨਾਮ ਜਪਣਾ, ਹਰੀ ਦੀ ਕੀਰਤੀ, ਹਰ ਪਾਈਐ ਸਤਿਗੁਰ ਮਾਝਾ। ਪਰ ਇਹ ਦਾਤ ਸਤਿਗੁਰੂ ਦੇ ਪਾਸੋਂ ਪ੍ਰਾਪਤ ਹੁੰਦੀ ਹੈ। ਹਉਂ ਬਲਿਹਾਰੀ ਸਤਿਗੁਰ ਆਪਣੇ ਜਨ ਗੁਪਤ ਨਾਮ ਪ੍ਰਗਾਝਾ। ਜਿਸ ਸਤਿਗੁਰੂ ਨੇ ਗੁਪਤ ਛੁਪਿਆ ਹੋਇਆ ਪਰਮਾਤਮਾ ਦਾ ਨਾਮ ਮੇਰੇ ਹਿਰਦੇ 'ਚ ਪ੍ਰਗਟ ਕਰ ਦਿੱਤਾ, ਉਹ ਸਤਿਗੁਰੂ ਤੋਂ ਬਲਿਹਾਰ ਕੁਰਬਾਨ ਜਾਈਏ। ਦਰਸ਼ਨ ਸਾਧ ਮਿਲਿਓ ਵਡਭਾਗੀ, ਸਭ ਕਿਲ ਵਿਖ ਗਏ ਗਵਾਜਾ। ਵੱਡਿਆਂ ਭਾਗਾਂ ਕਰਕੇ ਸਾਧੂ ਸਤਿਗੁਰੂ ਦਾ ਦਰਸ਼ਨ ਹੋਇਆ ਅਤੇ ਦਰਸ਼ਨ ਭਾਵਨਾ ਨਾਲ ਕਰਨ ਕਰਕੇ ਸਾਰੇ ਕਿਲ ਵਿਖ ਬੱਜਰ ਪਾਪ ਗਏ ਗਵਾਤੇ ਹੋ ਗਏ, ਚਲੇ ਗਏ, ਗਵਾਚ ਗਏ। ਸਤਿਗੁਰ ਸਾਹੋ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਹਰੀ ਦੀ ਪ੍ਰਾਪਤੀ ਵਾਲੇ ਬਹੁਤ ਗੁਣਾਂ ਦੀ ਸਾਂਝ ਪੈ ਗਈ, ਕਿਉਂਕਿ ਸਤਿਗੁਰੂ ਸ਼ਾਹੂਕਾਰ ਜੂ ਮਿਲ ਗਏ ਅਤੇ ਸਤਿਗੁਰਾਂ ਦੁਆਰਾ ਆਪਣੇ ਔਗੁਣ ਭੇਟਾ ਕਰ ਦਿੱਤੇ, ਚਰਨਾਂ 'ਚ ਤਿਆਗ ਦਿੱਤੇ, ਸਤਿਗੁਰੂ ਕੋਲੋਂ ਗੁਣ ਪ੍ਰਾਪਤ ਕੀਤੇ। ਜਿਨ ਕਉ ਕਿਰਪਾ ਕਰੀ ਜਗ ਜੀਵਨ ਹਾਰਿਓ ਧਾਰਿਓ ਮਨ ਮਾਝਾ। ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ ਉਹਨਾਂ ਨੇ ਮਨ ਦੇ ਅੰਦਰ ਹਰੀ ਪਰਮਾਤਮਾ ਦੇ ਨਾਮ ਨੂੰ ਧਾਰਨ ਕਰ ਲਿਆ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਦੇ ਦਰ ਤੋਂ, ਉਹਦੀ ਦਰਗਾਹ 'ਚੋਂ, ਉਹਦੀ ਕਚਹਿਰੀ ਵਿੱਚੋਂ ਉਹਨਾਂ ਦੇ ਕਰਮਾਂ ਦੇ ਹਿਸਾਬ ਕਿਤਾਬ ਦੇ ਜਿਹੜੇ ਕਾਗਜ਼ ਸੀ ਉਹ ਪਾਟ ਗਏ, ਉਹਨਾਂ ਦਾ ਲੇਖਾ ਨਿਬੜ ਗਿਆ। ਸਮਝਾਂ ਦਾ ਮਤਲਬ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਹੁਣ ਉਹਨਾਂ ਕਰਮਾਂ ਦਾ ਫਲ ਉਹਨਾਂ ਨੂੰ ਨਹੀਂ ਭੋਗਣਾ ਪਏਗਾ। ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ। ਇਸ ਪ੍ਰਕਾਰ ਵਾਹਿਗੁਰੂ ਦੇ ਪਿਆਰਿਆਂ ਦੇ ਨੇੜੇ ਧਰਮਰਾਜ ਕਿਵੇਂ ਆ ਸਕਦਾ? ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।